ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਮਰਦਾਨਾ ਅਤੇ ਗੁਰੂ ਨਾਨਕ ਉਜਾੜ ਵਿੱਚੋਂ ਜਾ ਰਹੇ ਸਨ। ਉਜਾੜ ਦਾ ਮਤਲਬ ਕੋਈ ਐਸੀ ਜਗ੍ਹਾ ਜਿੱਥੇ ਕੋਈ ਪੋਪੂਲੇਸ਼ਨ ਨਾ ਹੋਵੇ, ਜਿੱਥੇ ਕੋਈ ਆਬਾਦੀ ਨਾ ਹੋਵੇ, ਜਾਂ ਤੁਸੀਂ ਕੋਈ ਸੰਘਣਾ ਜੰਗਲ ਕਹਿ ਲਓ, ਕੋਈ ਘਣਾ ਜੰਗਲ ਕਹਿ ਲਓ। ਅਤੇ ਚੱਲਦਿਆਂ ਚੱਲਦਿਆਂ ਮਰਦਾਨੇ ਨੂੰ ਭੁੱਖ ਲੱਗ ਗਈ। ਗੁਰੂ ਨਾਨਕ ਤਾਂ ਦਿਲਾਂ ਦੀਆਂ ਜਾਣਨ ਵਾਲੇ ਸਨ। ਇਸ ਤੋਂ ਪਹਿਲਾਂ ਕਿ ਮਰਦਾਨਾ ਕੁਛ ਬੋਲਦਾ, ਗੁਰੂ ਨਾਨਕ ਕਹਿੰਦੇ, ਕਿਉਂ ਮਰਦਾਨਿਆਂ ਭੁੱਖ ਲੱਗੀ ਹੈ? ਮਰਦਾਨਾ ਕਹਿੰਦਾ, ਬਾਬਾ ਤੁਸੀਂ ਤਾਂ ਜਾਣੇ ਜਾਣ ਹੋ। ਗੁਰੂ ਨਾਨਕ ਕਹਿੰਦੇ, ਠੀਕ ਹੈ ਮਰਦਾਨਿਆਂ, ਸਿੱਧਾ ਜਾ ਕੇ ਉੱਪਲ ਖਤਰਿਆਂ ਦੀ ਬਸਤੀ ਆਵੇਗੀ, ਉੱਥੇ ਜਾ। ਉੱਥੇ ਉਹ ਲੋਕ ਤੇਰੀ ਬਹੁਤ ਸੇਵਾ ਕਰਨਗੇ, ਤੈਨੂੰ ਭੋਜਨ ਛਕਾਉਣਗੇ, ਅਤੇ ਤੈਨੂੰ ਕੋਈ ਵੀ ਇਹ ਨਹੀਂ ਪੁੱਛੇਗਾ ਕਿ ਤੂੰ ਕੌਣ ਹੈ, ਤੂੰ ਕਿੱਥੋਂ ਆਇਆ ਹੈ ਅਤੇ ਤੇਰੀ ਮਰਿਆਦਾ ਕੀ ਹੈ। ਹਿੰਦੂ ਮੁਸਲਿਮ ਹਰ ਕੋਈ ਤੇਰੇ ਪੈਰੀ ਪਵੇਗਾ, ਜੋ ਵੀ ਮਿਲੇਗਾ ਇਹੀ ਕਹੇਗਾ ਕਿ ਤੇਰੇ ਦਰਸ਼ਨ ਕਰਕੇ ਨਿਹਾਲ ਹੋ ਗਏ। ਮਰਦਾਨਾ ਗੁਰੂ ਨਾਨਕ ਦੀ ਖੁਸ਼ੀ ਲੈ ਕੇ ਉੱਪਲ ਖੱਤਰੀਆਂ ਦੀ ਬਸਤੀ ਵਿੱਚ ਤੁਰਨ ਲੱਗਾ। ਅਤੇ ਉੱਪਲ ਖੱਤਰੀਆਂ ਦੀ ਬਸਤੀ ਵਿੱਚ ਪਹੁੰਚ ਕੇ ਜਿਸ ਤਰ੍ਹਾਂ ਗੁਰੂ ਨਾਨਕ ਨੇ ਕਿਹਾ ਸੀ ਉਸ ਤਰ੍ਹਾਂ ਹੀ ਹੋਇਆ। ਲੋਕਾਂ ਨੇ ਮਰਦਾਨੇ ਦੀ ਬਹੁਤ ਸੇਵਾ ਕੀਤੀ, ਉਸਨੂੰ ਭੋਜਨ ਛਕਾਇਆ, ਅਤੇ ਜਾਣ ਲੱਗਿਆ ਮਰਦਾਨੇ ਨੂੰ ਨਾਲ ਭੋਜਨ, ਕੱਪੜੇ ਅਤੇ ਰੁਪਏ ਆਦਿ ਦੀ ਪੰਡ ਬੰਨ੍ਹ ਕੇ ਦੇ ਦਿੱਤੀ। ਅਤੇ ਮਰਦਾਨਾ ਵਾਪਸ ਗੁਰੂ ਨਾਨਕ ਕੋਲ ਮੁੜਿਆ ਅਤੇ ਪੰਡ ਉਸਨੇ ਗੁਰੂ ਨਾਨਕ ਦੇ ਪੈਰਾਂ ਵਿੱਚ ਰੱਖ ਦਿੱਤੀ। ਅਤੇ ਗੁਰੂ ਨਾਨਕ ਹੱਸ ਕੇ ਬੋਲੇ, ਮਰਦਾਨਿਆਂ ਇਹ ਕੀ? ਮਰਦਾਨਾ ਕਹਿੰਦਾ, ਬਾਬਾ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਉਸ ਤਰ੍ਹਾਂ ਹੀ ਹੋਇਆ, ਅਤੇ ਪਿੰਡ ਵਾਲਿਆਂ ਨੇ ਨਾਲ ਇਹ ਪੰਡ ਬੰਨ੍ਹ ਕੇ ਮੈਨੂੰ ਦੇ ਦਿੱਤੀ ਹੈ, ਜਿਸ ਵਿੱਚ ਕੁਛ ਭੋਜਨ, ਕੱਪੜੇ ਅਤੇ ਰੁਪਏ ਆਦਿ ਹਨ। ਗੁਰੂ ਨਾਨਕ ਕਹਿੰਦੇ, ਮਰਦਾਨਿਆਂ ਸਾਨੂੰ ਇਸ ਦੀ ਕੋਈ ਲੋੜ ਨਹੀਂ। ਮਰਦਾਨਾ ਕਹਿੰਦਾ, ਬਾਬਾ ਕੀ ਕਰਾਂ? ਗੁਰੂ ਨਾਨਕ ਕਹਿੰਦੇ, ਮਰਦਾਨਿਆਂ ਇੱਥੇ ਹੀ ਰੱਖ ਦੇ। ਅਤੇ ਉਸ ਵੇਲੇ ਮਰਦਾਨਾ ਕਹਿੰਦਾ, ਬਾਬਾ ਮੈਂ ਤੈਨੂੰ ਇੱਕ ਸਵਾਲ ਪੁੱਛਣਾ ਹੈ। ਗੁਰੂ ਨਾਨਕ ਕਹਿੰਦੇ, ਮਰਦਾਨਿਆਂ ਪੁੱਛ। ਮਰਦਾਨਾ ਕਹਿੰਦਾ, ਬਾਬਾ ਜੇ ਕੋਈ ਤੇਰੇ ਸਿੱਖਾਂ ਦੀ ਸੇਵਾ ਕਰਦਾ ਹੈ, ਜੇ ਕੋਈ ਕੁਛ ਤੇਰੇ ਸਿੱਖਾਂ ਦੇ ਮੂੰਹ ਵਿੱਚ ਪਾਉਂਦਾ ਹੈ, ਤਾਂ ਕੀ ਉਸਦਾ ਫਲ ਤੈਨੂੰ ਵੀ ਮਿਲ ਜਾਂਦਾ ਹੈ? ਭਾਵ ਮਰਦਾਨੇ ਦਾ ਕਹਿਣ ਦਾ ਸੀ ਕਿ ਬਾਬਾ ਮੈਂ ਤਾਂ ਜਾ ਕੇ ਪਿੰਡ ਵਿੱਚੋਂ ਖਾ ਆਇਆ ਹਾਂ, ਮੈਂ ਤਾਂ ਆਪਣਾ ਢਿੱਡ ਭਰ ਲਿਆ ਹੈ, ਅਤੇ ਤੂੰ ਕੁਛ ਨਹੀਂ ਖਾਧਾ, ਕਿ ਮੇਰੇ ਖਾਣ ਦਾ ਫਲ ਤੈਨੂੰ ਵੀ ਮਿਲ ਗਿਆ? ਅਤੇ ਮਰਦਾਨਾ ਫਿਰ ਕਹਿੰਦਾ, ਬਾਬਾ ਮੈਨੂੰ ਤੇਰੀ ਬਹੁਤ ਫਿਕਰ ਰਹਿੰਦੀ ਹੈ, ਤੂੰ ਕੁਛ ਖਾਂਦਾ ਨਹੀਂ, ਤੂੰ ਕਿਹੜੀ ਚੀਜ਼ ਨਾਲ ਰੱਜਿਆ ਰਹਿੰਦਾ ਹੈ, ਤੂੰ ਕਿਹੜੀ ਚੀਜ਼ ਨਾਲ ਤੇਰਾ ਮਨ ਸ਼ਾਂਤ ਰਹਿੰਦਾ ਹੈ, ਤ੍ਰਿਪਤ ਰਹਿੰਦਾ ਹੈ, ਕਿ ਤੈਨੂੰ ਖਾਣ ਦੀ ਵੀ ਲੋੜ ਨਹੀਂ ਬਹੁਤ ਪੈਂਦੀ, ਜਾਂ ਬਹੁਤ ਘੱਟ ਖਾਣ ਦੀ ਲੋੜ ਪੈਂਦੀ ਹੈ? ਅਤੇ ਗੁਰੂ ਨਾਨਕ ਕਹਿੰਦੇ, ਮਰਦਾਨਿਆਂ ਜਿਸ ਨੂੰ ਪਰਮਾਤਮਾ ਦੇ ਨਾਮ ਦੀ ਭੁੱਖ ਲੱਗ ਜਾਵੇ, ਉਸਨੂੰ ਫਿਰ ਦੁਨਿਆਵੀ ਚੀਜ਼ਾਂ ਦੀ ਭੁੱਖ ਨਹੀਂ ਰਹਿੰਦੀ। ਜਿਸ ਤਰ੍ਹਾਂ ਮਾਂ ਆਪਣੇ ਪੁੱਤ ਨੂੰ ਵੇਖ ਕੇ ਰੱਜ ਜਾਂਦੀ ਹੈ, ਜਿਸ ਤਰ੍ਹਾਂ ਵਛੜਾ ਗਾਂ ਦਾ ਦੁੱਧ ਪੀ ਕੇ ਰੱਜ ਜਾਂਦਾ ਹੈ, ਉਸੇ ਤਰ੍ਹਾਂ ਪਰਮਾਤਮਾ ਦਾ ਬੰਦਾ ਪਰਮਾਤਮਾ ਦੀਆਂ ਸਿਫਤਾਂ ਗਾ ਕੇ ਅਤੇ ਸੁਣ ਕੇ ਉਸਦਾ ਮਨ ਰੱਜ ਜਾਂਦਾ ਹੈ। ਅਤੇ ਇਸ ਗੱਲ ਤੋਂ ਸਾਨੂੰ ਇੱਕ ਹੋਰ ਸਿੱਖਿਆ ਲੈਣ ਦੀ ਲੋੜ ਹੈ ਕਿ ਜੇ ਆਪਾਂ ਸੱਚੇ ਮਾਰਗ 'ਤੇ ਚੱਲਦੇ, ਜਿੱਦਾਂ ਗੁਰਬਾਣੀ 'ਚ ਲਿਖਿਆ ਹੋਇਆ, ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਸੱਚਾ ਮਾਰਗ ਕਿਹੜਾ ਹੈ? ਪਰਮਾਤਮਾ ਦਾ ਮਾਰਗ। ਜੇ ਆਪਾਂ ਉਸ ਪਰਮਾਤਮਾ ਦੇ ਨਾਮ ਦੇ ਰਸਤੇ 'ਤੇ ਤੁਰੇ ਰਹਿੰਦੇ ਹਾਂ, ਤਾਂ ਸਾਰੀ ਦੁਨੀਆ ਦੇ ਵਿੱਚ ਸਾਡੀ ਸੋਭਾ ਆਪਣੇ ਆਪ ਹੀ ਬਣ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।